ਹਾਂਜੀ ਸਵਾਗਤ ਕਰਦੇ ਹਾਂ ਤੁਹਾਡਾ ਸਾਡੀ ਵੀਡੀਓ ਦੇ ਵਿੱਚ ਤੁਸੀਂ ਸਾਡੀ ਵੀਡੀਓ ਨੂੰ ਦੇਖ ਵੀ ਲੈਣੇ ਹੋ ਲਾਇਕ ਵੀ ਕਰ ਦਿੰਨੇ ਹੋ ਪਰ ਚੈਨਲ ਨੂੰ ਸਬਸਕ੍ਰਾਈਬ ਕਰਨਾ ਭੁੱਲ ਨਾ ਸਭ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਕਿ ਤੁਸੀਂ ਇਹੋ ਜਿਹੀ ਵੀਡੀਓ ਹੋਰ ਦੇਖ ਸਕੋ ਤੇ ਅੱਜ ਹਾਂਜੀ ਬਾਈ ਜੀ ਅੱਜ ਇਹ ਕਿਹੜਾ ਸੋਫਾ ਲੈ ਕੇ ਆਏ ਆਪਾਂ ਅੱਜ ਵੀਰੇ ਆਪਾਂ ਤੁਹਾਡੇ ਲਈ ਹੈਡ ਰੈਸਟ ਵਾਲਾ ਸੋਫਾ ਲੈ ਕੇ ਆਏ ਆ ਜੀ ਹੈਡ ਰੈਸਟ ਦਾ ਮਤਲਬ ਬਈ ਹੈਡ ਰੈਸਟ ਤੁਸੀਂ ਬੈਠ ਕੇ ਦੇਖੋ ਵੀਰੇ ਇੱਕ ਵਾਰ ਮੈਂ ਤੁਹਾਨੂੰ ਦੱਸ ਦਦਾ ਮਤਲਬ ਕੀ ਹੈ ਅੱਛਾ ਪਿੱਠ ਲਗਾਓ ਇਹਨੂੰ ਮੈਂ ਤੁਹਾਨੂੰ ਦੱਸ ਦੂੰਗਾ ਵੀ ਇਹ ਆਪਣਾ ਹੈਡਰੈਸਟ ਵਾਲਾ ਸੋਫਾ ਆ ਗਿਆ ਬਹੁਤ ਕੰਫਰਟੇਬਲ ਸੋਫਾ ਆ ਗਿਆ ਕੰਫਰਟੇਬਲ ਆ ਬਈ ਹਾਂ ਜੀ ਜਿਹੜਾ ਹੈਡ ਰੈਕ ਵਗੈਰਾ ਹੁੰਦਾ ਉਹਦੇ ਲਈ ਬਹੁਤ ਵਧੀਆ ਚੀਜ਼ ਆਈ ਠੀਕ ਹੈ ਤੇ ਬਈ ਜੇ ਆਪਾਂ ਗੱਲ ਕਰੀਏ ਕਿੰਨੇ ਸੀਟਰ ਹੈ ਇਹ ਆਪਣਾ 11 ਸੀਟਰ ਸੋਫਾ ਆ ਗਿਆ ਵੀਰੇ ਸਾਰਾ ਆਪਣਾ ਠੀਕ ਹੈ 11 ਸੀਟਰ ਹੈ ਹਾਂ ਜੀ ਜਿਹਦੇ ਵਿੱਚ ਆਪਣਾ ਇੱਕ 3 ਸੀਟਰ ਆ ਗਿਆ ਇੱਕ ਕਾਰਨਰ ਆ ਗਿਆ ਇੱਕ ਨਾਲ ਹੋਰ 3 ਸੀਟਰ ਆ ਗਿਆ ਇੱਕ 2 ਸੀਟਰ ਆ ਗਿਆ ਨਾਲ ਪਲੱਸ ਆਪਣਾ ਡਿਵਾਈਡਰ ਆ ਗਿਆ ਪਲੱਸ ਟੇਬਲ ਆ ਗਈ ਠੀਕ ਆ ਵੀ ਆਪਾਂ ਨਵੇਂ ਡਿਜ਼ਾਈਨ ਦੇ ਵਿੱਚ ਲੈ ਕੇ ਆਏ ਹਾਂ ਹਾਂ ਜੀ ਹਾਂ ਜਿਆਦਾਤਰ ਆਪਾਂ ਨੂੰ ਆ ਡਿਜ਼ਾਈਨ ਦੇਖਣ ਨੂੰ ਨਹੀਂ ਮਿਲਦਾ ਤੇ ਬਈ ਇਹ ਦਖਾਂਦੇ ਸੀ ਵੈਲਵਟ ਦੇ ਵਿੱਚ ਦਿਖਾਉਂਦੇ ਸੀ ਅੱਜ ਜਿਹੜਾ ਆਪਾਂ ਤੁਹਾਡੇ ਲਈ ਸੋਫਾ ਲੈ ਕੇ ਆਇਆ ਇਹ ਲੈਦਰ ਸਵੈਡ ਦੇ ਵਿੱਚ ਲੈ ਕੇ ਆਇਆ ਜਿਵੇਂ ਬਰੇ ਆਮ ਘਰਾਂ ਦੇ ਵਿੱਚ ਸਫਾਈ ਵਗੈਰਾ ਕਰਨੀ ਆਪਾਂ ਨੂੰ ਔਖੀ ਲੱਗਦੀ ਹੈ ਜਿਹੜਾ ਇਹ ਕੱਪੜੇ ਤੇ ਆਪਾਂ ਗਿੱਲਾ ਸੁੱਕਾ ਕੱਪੜਾ ਮਾਰ ਕੇ ਸਾਫ਼ ਕਰ ਸਕਦੇ ਹਾਂ ਡਸਟ ਵਗੈਰਾ ਤਾਂ ਨਹੀਂ ਦੀਦੀ ਵਾਦੂ ਇਹ ਡਸਟ ਵਗੈਰਾ ਇਹਦੇ ਵਿੱਚ ਪੈਂਦੀ ਨਹੀਂ ਜਿਹੜਾ ਵੈਲਵਟ ਹੁੰਦਾ ਉਹਦੇ ਵਿੱਚ ਡਸਟ ਖਿੱਚੀ ਜਾਂਦੀ ਹੈ ਇਹਦੇ ਵਿੱਚ ਡਸਟ ਨਹੀਂ ਪੈਂਦੀ ਠੀਕ ਹੈ ਇਹਦਾ ਫਿਰ ਜ਼ਿਆਦਾ ਆਪਾਂ ਨੂੰ ਸੇਫਟੀ ਮਿਲ ਜਾਂਦੀ ਹੈ ਤੇ ਵੀ ਆਪਾਂ ਕਲਰ ਦੀ ਗੱਲ ਕਰੀਏ ਕਲਰ ਕਿਹੜਾ ਇਹ ਜਿਹੜਾ ਇਹ ਵੀਰੇ ਕਲਰ ਆ ਗਿਆ ਇਹ ਕਾਫੀ ਕਲਰ ਆ ਗਿਆ ਇਹਨੂੰ ਆਪਾਂ ਡਾਰਕ ਬ੍ਰਾਊਨ ਵੀ ਕਹਿ ਦਿੰਦੇ ਆ ਠੀਕ ਹੈ ਤੇ ਜੇ ਆਪਾਂ ਕਸਟਮਾਈਜੇਸ਼ਨ ਦੀ ਗੱਲ ਕਰੀਏ ਕਸਟਮਾਈ ਠੀਕ ਹੈ ਇਥੇ ਆਪਾਂ ਜੇਕਰ ਗੱਲ ਕਰੀਏ ਜਿਵੇਂ 골ਡਨ ਲੁੱਕ ਤੋਂ ਤੁਸੀਂ ਤੁਸੀਂ ਵੀ ਇਹ ਮੰਨ ਕੇ ਜਲਪੂਰੀ ਮਜ਼ਬੂਤ ਹੈਗੀ ਇਹ ਪੂਰੀ ਮਜ਼ਬੂਤ ਨੇ ਸਟੀਲ ਦੀ ਪੱਤੀ ਪਾਈ ਹੁੰਦੀ ਹੈਗੀ ਤੇ ਜਿਹੜੇ ਪੈਰ ਵਗੈਰਾ ਨੇ ਉਹ ਵੀ ਹੈਵੀ ਚ ਨੇ ਤੇ ਅੱਜ ਮੈਂ ਤੁਹਾਨੂੰ ਇੱਕ ਹੋਰ ਖਾਸ ਗੱਲ ਦੱਸ ਦਾਂਗਾ ਜਿਹੜਾ ਬਜ਼ਾਰਾਂ ਦੇ ਵਿੱਚ ਮੰਨ ਲਓ ਕਾਰਨਰ ਹੁੰਦਾ ਉਹ 32x32 ਦਾ ਛੋਟਾ ਕਾਰਨਰ ਹੁੰਦਾ ਹੈ ਜਿਹੜਾ ਆਪਣਾ ਕਾਰਨਰ ਦਿੱਤਾ ਉਹ 38x38 ਦਾ ਵੱਡਾ ਕਾਰਨਰ ਹੈ ਇਹ ਤੇ ਬੰਦਾ ਰਿਲੈਕਸੇਬਲ ਬੈਠ ਸਕਦਾਗਾ ਜੀ ਗੱਲ ਤਾਂ ਤੁਸੀਂ ਸਹੀ ਕਹੀ ਬਸ ਇਹ ਬੰਦਾ ਕੋਈ ਮੰਨ ਗਿਆ ਖੁੱਲਾ ਡੁੱਲਾ ਬਹਿ ਸਕਦਾ ਇਹ ਗੱਲ ਹੈ ਇੱਕ ਕਾਰਨਰ ਆਪਣਾ ਇਹਨੂੰ ਬਿਗ ਕਾਰਨਰ ਸੈੱਟ ਵੀ ਕਹਿ ਦਿੰਦੇ ਨੇ ਇਹਦਾ ਜਿਹੜਾ ਖੁੰਜਾ ਹੁੰਦਾ ਵੱਡਾ ਹੁੰਦਾਗਾ ਜੀ ਠੀਕ ਹੈ ਜੀ ਤੇ ਜੇ ਆਪਾਂ ਹੋਰ ਇਹਦੀ ਕੁਆਲਿਟੀ ਦੀ ਗੱਲ ਕਰੀਏ ਉਹ ਆਪਾਂ ਨੂੰ ਕੀ ਕੀ ਵਧੀਆ ਮਿਲ ਜੂ ਇਹਦੇ ਵਿੱਚ ਹੋਰ ਇਹਦੇ ਵਿੱਚ ਜਿਵੇਂ ਕਿ ਆਪਣੇ ਪਿੱ ਸਾਰੀ ਫਾਰਮ ਪਾਈ ਹੋਈ ਹੈ ਆਪਣੀ ਬਾਕੀ ਦੀ ਜਿਹੜੀ ਬੈਕ ਹੈ ਬੈਗ ਤੇ ਵੀ ਸਾਰਾ ਬਰਫੀ ਕੱਟ ਨਾਲ ਕੁਲਟਿੰਗ ਕੀਤੀ ਹੋਈ ਹੈ ਠੀਕ ਹੈ ਬੈਗ ਦੇ ਵਿੱਚ ਵੀ ਆਪਾਂ ਜਿਵੇਂ ਦੇਖ ਸਕਦੇ ਹਾਂ ਵੀ ਵਧੀਆ ਡਿਜ਼ਾਈਨ ਦਿੱਤਾ ਹੋਇਆ ਆਪਾਂ ਨੂੰ ਆ ਬੈਗ ਤੇ ਵੀ ਡਿਜ਼ਾਈਨ ਦਿੱਤਾ ਹੋਇਆ ਹੈਗਾ ਕਈ ਵਾਰ ਆਪਾਂ ਵੀ ਆਪਾਂ ਕਹਿੰਦੇ ਵੀ ਬੈਗ ਦਾ ਕੰਧ ਨਹੀਂ ਲੱਗਣਾ ਕਈ ਵਾਰ ਡਿਜ਼ਾਈਨ ਹੀ ਵਧੀਆ ਹੁੰਦਾ ਤਾਂ ਹੀ ਕਰਕੇ ਜੀ ਤੇ ਇਹ ਵਧੀਆ ਡਿਜ਼ਾਈਨ ਮਿਲਿਆ ਹੋਇਆ ਹੈ ਤੇ ਭਈ ਆਪਾਂ ਪ੍ਰਾਈਸ ਤਾਂ ਨਹੀਂ ਇਹਦਾ ਜਿਆਦਾ ਹੋਣ ਵਾਲਾ ਨਹੀਂ ਪ੍ਰਾਈਸ ਤਾਂ ਸਿਰਫ ਤੇ ਸਿਰਫ ਇਹਨਾਂ ਨਾਲ 52000 ਦੇ ਜੀ 52000 ਦੇ ਹਾਂਜੀ 52000 ਤੇ ਜੇ ਮਾਰਕੀਟ ਦੇ ਵਿੱਚ ਆਪਾਂ ਗੱਲ ਕਰੀਏ ਬਾਹਰ ਆਪਾਂ ਨੂੰ ਕਿੰਨੇ ਕਦਾ ਪੈ ਜੂ ਇਹ ਮਾਰਕੀਟ ਦੇ ਵਿੱਚ ਜ ਘਟ ਕਿਵੇਂ ਹੋ ਗਿਆ ਇਹ ਵੀਰੇ ਜਿਹੜਾ ਆਪਾਂ ਸੋਫਾ ਗਾ ਆਪਾਂ ਆਪ ਹੀ ਤਿਆਰ ਕਰਦੇ ਆਂ ਆਪਣੀ ਫੈਕਟਰੀ ਦੇ ਵਿੱਚ ਠੀਕ ਹੈ ਜੀ ਤੇ ਜਿਹੜਾ ਇਹਦਾ ਫਾਇਦਾ ਕੀ ਹੁੰਦਾ ਆਪਣਾ ਬਾਜ਼ਾਰ ਨਾਲੋਂ ਕੋਸਟਿੰਗ ਘਟ ਜਾਂਦੀ ਸੋਫੇ ਦੀ ਜਿਹਦੇ ਵਿੱਚ ਕਸਟਮਰ ਦਾ ਵੀ ਫਾਇਦਾ ਹੋ ਜਾਂਦਾ ਤੇ ਚੀਜ਼ ਵੀ ਉਹਨਾਂ ਨੂੰ ਜੈਨੂਇਨ ਮਿਲ ਜਾਂਦੀ ਠੀਕ ਹੈ ਜੀ ਸੋ ਸਕਰੀਨ ਦੇ ਉੱਤੇ ਨੰਬਰ ਚੱਲ ਰਿਹਾ ਮਿੱਤਰੋ ਜੇਕਰ ਤੁਸੀਂ ਵੀ ਇਸ ਤਰ੍ਹਾਂ ਦੇ ਸੋਫੇ ਨੂੰ ਆਰਡਰ ਕਰਨਾ ਚਾਹੁੰਦੇ ਹੋ ਜਾਂ ਹੋਰ ਵੀ ਕਿਸੇ ਤਰੀਕੇ ਦਾ ਫਰਨੀਚਰ ਜਿਹੜਾ ਖਰੀਦਣਾ ਚਾਹੁੰਦੇ ਹੋ ਤੇ ਬਾਕੀ ਹੋਰ ਵੀਡੀਓ ਦੇਖਣ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ